EZK टीवी यूट्यूब चैनल आपका अपना चैनल है, तरक्की पसंदों का, इंसान दोस्तों का, इसको सब्सक्राइब करें और रेगुलर देखें। मोजेस नाजरीन, मैं तनवीर जमान खान तुहाडे नाल अज एक नवे प्रोग्राम दे नाल हाजिर हो रहा। अज दा साडा जिहड़ा प्रोग्राम है वह पंजाबी जुबान ते मां बोली दे उत्ते है, ते इहदी जरूरत इस वास्ते भी पैंदी है इन्हां चीज़ां दी कि जिहड़ी जुबान नूं दबाया जांदा होवे, जिहड़ी मां बोली नूं उह हक ना दित्ता जा रहा होवे, ते फिर उहदे ते गल करनी जिहड़ी है ना उह साडी बणदी है। ਤੇ ਅਸੀਂ ਅੱਜ ਪੰਜਾਬੀ ਜ਼ੁਬਾਨ ਦੇ ਉੱਤੇ ਗੱਲ ਕਰਾਂਗੇ ਕਿ ਪੰਜਾਬੀ ਜ਼ੁਬਾਨ ਦਾ ਫਿਊਚਰ ਕੀ ਹੈ, ਪੰਜਾਬੀ ਜ਼ੁਬਾਨ ਕਿਵੇਂ ਵੱਧ ਸਕਦੀ ਹੈ, ਇਸ ਵੇਲੇ ਇਹਦਾ ਸਟੇਟਸ ਕੀ ਹੈ। ਇਹਦੇ 'ਤੇ ਸਾਡੇ ਨਾਲ ਅੱਜ ਜਿਹੜੇ ਪ੍ਰਾਹੁਣੇ ਨੇ ਉਹ ਪ੍ਰੋਫੈਸਰ ਜ਼ੁਬੈਰ ਨੇ, ਜਿਹੜੇ ਕਿ ਸ਼ੋਰਟ ਸਟੋਰੀ ਰਾਈਟਰ ਨੇ, ਸ਼ਾਇਰ ਨੇ ਔਰ ਅਕੈਡੈਮਿਕ ਨੇ, ਔਰ ਇਹਨਾਂ ਦੀ ਪੰਜਾਬੀ ਜ਼ੁਬਾਨ ਦੇ ਹਵਾਲੇ ਦੇ ਨਾਲ ਬੜੀ ਕੰਟਰੀਬਿਊਸ਼ਨ ਹੈ ਕਿ ਇਹਨਾਂ ਨੇ ਪੰਜਾਬੀ ਜ਼ੁਬਾਨ ਦੀ ਇੱਕ ਜਿਹੜੀ ਕਿ ਬਹੁਤ ਸਾਰੇ ਇੱਕ ਸਾਡੇ ਬਹੁਤ ਕਈ ਲੋਕਾਂ ਦੀ ਇੱਕ ਮਾਂ ਬੋਲੀ ਹੈ ਉਹਨੂੰ ਜਿਹੜਾ ਅਸੀਂ ਜਿਹੜਾ ਨਾ ਉਹਦੀ ਇੱਕ ਉਹਦੇ ਵਿੱਚ ਜਾਨ ਪਾਉਣ ਵਾਸਤੇ, ਉਹਨੂੰ ਮਨਵਾਉਣ ਵਾਸਤੇ, ਉਹਦਾ ਇੱਕ ਸਟੇਟਸ ਬਹਾਲ ਕਰਨ ਵਾਸਤੇ ਇਹਨਾਂ ਦੀ ਬੜੀ ਜਦੋਜਹਿਦ ਹੈ। ਸਭ ਤੋਂ ਪਹਿਲੇ ਤਾਂ ਮੈਂ ਇਹਨਾਂ ਨੂੰ ਜੀ ਆਇਆਂ ਨੂੰ ਆਖਣਾ, ਪ੍ਰੋਫੈਸਰ ਸਾਹਿਬ ਤੁਹਾਡਾ ਇੱਥੇ ਇਸ TZK TV 'ਤੇ ਆਉਣ ਦਾ ਬੜਾ ਸ਼ੁਕਰੀਆ ਕਿ ਤੁਸੀਂ ਇਹਦੇ 'ਚ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਬਹੁਤ ਸ਼ੁਕਰੀਆ ਜੀ ਤਨਵੀਰ ਸਾਹਿਬ, ਤੁਸੀਂ ਸਾਨੂੰ ਇਹ ਮਾਣ ਦਿੱਤਾ, ਅਸੀਂ ਆਏ ਹਾਂ ਤੁਹਾਡੇ ਚੈਨਲ 'ਚ ਔਰ ਮੈਂ ਤੁਹਾਡਾ ਚੈਨਲ ਵੇਖਦਾ ਰਹਿੰਦਾ ਵਾਂ, ਕਈ ਪ੍ਰੋਗਰਾਮ ਬਹੁਤ ਜ਼ਬਰਦਸਤ ਹੁੰਦੇ ਨੇ ਔਰ ਬਹੁਤ ਸ਼ੁਕਰੀਆ। ਤੁਹਾਡੀ ਜਿਹੜੀ ਜ਼ੁਬੈਰ ਸਾਹਿਬ, ਜਿਹੜੀਆਂ ਤੁਹਾਡੀਆਂ ਕਹਾਣੀਆਂ ਨੇ ਜਿਹੜੀਆਂ ਦੇਖੋ, ਅਤੇ ਉਹਨਾਂ ਦੇ ਵਿੱਚ ਇੱਕ ਵਕਤ ਦੇ ਹਵਾਲੇ ਨਾਲ ਬੜੀ ਗੱਲ ਹੁੰਦੀ ਹੈ ਕਿ ਵਕਤ ਜਿਹੜਾ ਉਹ ਜਿਹੜਾ ਚੀਜ਼ਾਂ ਨੂੰ ਚੇਂਜ ਕਰ ਰਿਹਾ ਹੈ, ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਜਿਉਂਦਿਆਂ ਨੂੰ ਮਰਦਿਆਂ, ਮਰਦਿਆਂ ਨੂੰ ਜਿਉਂਦਾ ਔਰ ਚੀਜ਼ਾਂ ਨੂੰ ਤਬਦੀਲ ਕਰਦਾ ਹੈ ਹਰ ਜੀ ਵਕਤ ਦੇ ਹਵਾਲੇ ਨਾਲ। ਤੁਸੀਂ ਜਿਹੜਾ ਉਹਦੇ 'ਚ ਬੜਾ ਗੱਲਬਾਤ ਕੀਤੀ ਹੈ ਕਿ ਵਕਤ ਜਿਹੜਾ ਇਹਦੀ ਇੱਕ ਅਹਿਮੀਅਤ ਬਹੁਤ ਜ਼ਿਆਦਾ ਹੈ ਔਰ ਵਕਤ ਦੇ ਨਾਲ ਜਿਹੜਾ ਇਹਦੀ ਇੱਕ ਸੈਂਸਿਟਿਵ ਇਹਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਕਰਨਾ ਵੀ ਜ਼ਰੂਰੀ ਹੈ। ਉਸ ਵਾਲੇ ਨਾਲ ਤੁਸੀਂ ਜਿਹੜੀ ਗੱਲਬਾਤ ਕੀਤੀ ਹੈ ਬਹੁਤ ਸਾਰੀ, ਉਹ ਤੁਸੀਂ ਇਹਨੂੰ ਇੱਕ ਵਕਤ ਨੂੰ ਵੀ ਤੁਸੀਂ ਇੱਕ ਐਬਸਟ੍ਰੈਕਟ ਚੀਜ਼ ਨਹੀਂ ਕਹਿੰਦੇ, ਬਲਕਿ ਇਹਨੂੰ ਇੱਕ ਰਿਐਲਿਟੀ ਦੇ ਨਾਲ, ਇਹਨੂੰ ਹਕੀਕਤ ਦੇ ਨਾਲ ਲੋਕਾਂ ਨਾਲ ਫੇਸ ਕਰਨ ਦਾ ਇੱਕ ਜਿਹੜਾ ਇਹਦੇ 'ਚ ਤੁਸੀਂ ਦੱਸ ਦਿੰਦੇ ਹੋ, ਉਹ ਮੈਂ ਸਮਝਦਾ ਇੱਕ ਬੜਾ ਇੱਕ ਦੂਰ ਰਸਤੇ ਬੜਾ ਇੱਕ ਕਾਮਯਾਬ ਇੱਕ ਤਰੀਕਾਕਾਰ ਹੈ ਔਰ ਇੱਕ ਅੱਜ ਦੇ ਇੱਕ ਸਾਇੰਸੀ ਸੋਚ ਦਾ ਜਿਹੜਾ ਉਹਦੇ 'ਚ ਇੱਕ ਜਿਹੜੀ ਅਕਾਸੀ ਹੋ ਰਹੀ ਹੁੰਦੀ ਹੈ। ਤੇ ਤੁਸੀਂ ਆਪਣੇ ਕੁਛ ਅਦਬ ਦੇ ਬਾਰੇ ਜੋ ਤੁਸੀਂ ਲਿਖਿਆ ਕੜਿਆ ਇਹਦੇ ਬਾਰੇ ਤੁਸੀਂ ਕੁਛ ਥੋੜਾ ਬਹੁਤ ਇੰਟਰੋਡਕਸ਼ਨ ਕਰਾਓਗੇ? ਜਿਹੜਾ ਕਹਾਣੀ ਹੈ, ਮੈਂ ਸਮਝਦਾ ਜਿਹੜੀ ਕਹਾਣੀ ਹੈ ਉਹ ਵੇਲੇ ਦੀ ਕਹਾਣੀ ਹੁੰਦੀ ਹੈ, ਜਿਹੜੀ ਕਹਾਣੀ ਹੈ ਉਹ ਟਾਈਮ ਦੀ ਕਹਾਣੀ ਹੁੰਦੀ ਹੈ, ਉਹਦਾ ਇੱਕ ਬਿਗਨਿੰਗ ਹੁੰਦੀ ਹੈ ਔਰ ਉਹਦਾ ਇੱਕ ਮਿਡਲ ਹੁੰਦਾ ਔਰ ਉਹਦਾ ਇੱਕ ਐਂਡ ਹੁੰਦਾ। ਮੈਂ ਲਾਹੌਰ ਦੇ ਇੱਕ ਪੁਰਾਣੇ ਮੁਹੱਲੇ 'ਚ ਮੇਰੀ ਜੰਮਪਲ ਹੋਈ, ਕ੍ਰਿਸ਼ਨ ਨਗਰ, ਜਿਹੜਾ ਸੈਕਰੀਟੇਰੀਏਟ ਦੇ ਪਿੱਛੇ ਹੈ, ਪੁਰਾਣਾ ਨਾਂ ਉਹਦਾ ਲਾਟ ਸਾਹਿਬ ਸੀ, ਹੁਣ ਸੈਕਰੀਟੇਰੀਏਟ ਲਾਟ ਸਾਹਿਬ, ਹੁਣ ਚੰਦ ਲੋਕਾਂ ਨੂੰ ਸ਼ਾਇਦ ਯਾਦ ਰਹਿ ਗਿਆ ਹੋਵੇ। ਲਾਟ ਸਾਹਿਬ ਜਿਹੜਾ ਉਹ ਅੰਗਰੇਜ਼ਾਂ ਤੋਂ, ਲਾਟ ਸਾਹਿਬ ਜਿਹੜੇ ਨੇ ਅਫਸਰ ਸਾਹਿਬ, ਉਹਨਾਂ ਤੋਂ ਪਿਆ ਸੀ। ਮੈਂ ਬਹੁਤ ਇੱਕ ਰਿਚ ਕਲਚਰ ਦੇ ਵਿੱਚ ਪਰਵਾਨ ਚੜ੍ਹੇ ਹਾਂ, ਬਚਪਨ ਦੇ ਵਿੱਚ ਹਾਕੀ ਖੇਡਣਾ, ਗੁੱਡੀਆਂ ਉਡਾਉਣੀਆਂ ਔਰ ਜਿਹੜੀਆਂ ਬੱਚਿਆਂ ਦੀਆਂ ਸਾਰੀਆਂ ਗੇਮਾਂ ਹੁੰਦੀਆਂ ਸੀ, ਬਾਂਦਰ ਕਿੱਲਾ, ਸਾਰਾ ਸੀ। ਉਹ ਵਕਤ ਦੇ ਨਾਲ ਨਾਲ ਉਹ ਸਾਰਾ ਜਿਹੜਾ ਹੈ ਉਹ ਕੱਟ ਗਿਆ ਔਰ ਖਤਮ ਹੋ ਗਿਆ, ਲੇਕਿਨ ਉਹ ਮੇਰੀ ਐਕਸਪੀਰੀਅੰਸ ਦਾ ਹਿੱਸਾ ਸੀ। ਦੂਸਰਾ, ਮੇਰੀ ਜਿਹੜੀ ਫੈਮਿਲੀ ਸੀ ਉਹ ਮਾਈਗ੍ਰੇਟ ਕਰਕੇ ਆਈ ਈਸਟ ਪੰਜਾਬ ਤੋਂ, ਬਟਾਲੇ ਤੋਂ, ਗੁਰਦਾਸਪੁਰ ਤੋਂ, ਤੇ ਖਾਸ ਤੌਰ 'ਤੇ ਮੇਰੀ ਵਾਲਦਾ ਜਿਹੜੀ ਹੈ ਉਹ ਪਹਾੜ, ਉਹ ਪ੍ਰੀ ਪਾਰਟੀਸ਼ਨ ਕਹਾਣੀਆਂ ਕਰਦੀ ਰਹਿੰਦੀ ਸੀ, ਮੁਸਲਸਲ ਸਟੋਰੀਜ਼ ਜਿਹੜੀਆਂ ਨੇ ਸੁਣਾਉਂਦੀ ਰਹਿੰਦੀ ਸੀ। ਅਤੇ ਇੱਕ ਖਾਸ ਤਰ੍ਹਾਂ ਦੀ ਜਿਹੜੀ ਹੈ ਮੈਮਰੀਜ਼ ਦੇ ਵਿੱਚ ਔਰ ਇੱਕ ਖਾਸ ਤਰ੍ਹਾਂ ਦੇ ਰਿਚ ਕਲਚਰ ਦੇ ਵਿੱਚ ਮੈਂ ਪਰਵਾਨ ਚੜ੍ਹਿਆ। ਤੀਸਰੀ ਗੱਲ ਹੈਗੀ ਹੈ ਕਿ 70s ਦੇ ਵਿੱਚ ਜਦੋਂ ਅਸੀਂ ਕਾਲਜ ਦੇ ਵਿੱਚ ਜਾਣਾ ਸ਼ੁਰੂ ਕੀਤਾ, ਅਰਲੀ 70s ਦੇ ਵਿੱਚ, 73 'ਚ ਮੈਂ ਮੈਟ੍ਰਿਕ ਕੀਤਾ ਇਸਲਾਮੀਆ ਕਾਲਜ, ਜਿਹੜੇ ਸਿਵਲ ਲਾਈਨ 'ਚ ਮੈਂ ਦਾਖਲਾ ਲਿਆ, ਅਤੇ ਉਹ ਇੱਕ ਬਹੁਤ ਜ਼ਬਰਦਸਤ ਜ਼ਮਾਨਾ ਸੀ ਪਾਕਿਸਤਾਨ, ਨਾ ਸਿਰਫ ਪਾਕਿਸਤਾਨ ਦੀ ਹਿਸਟਰੀ ਵਿੱਚ ਬਲਕਿ ਲਾਹੌਰ ਦੀ ਹਿਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਕਲਚਰਲ ਐਕਟੀਵਿਟੀਜ਼ ਹੋ ਰਹੀਆਂ ਸੀ। ਜ਼ੁਲਫਕਾਰ ਅਲੀ ਭੁੱਟੋ ਦੀ ਹਕੂਮਤ ਸੀ, ਪਹਿਲੀ ਦਫ਼ਾ ਜਮਹੂਰੀਅਤ ਆਈ ਸੀ ਔਰ ਇਸ ਤਰ੍ਹਾਂ ਲੱਗਾ ਸੀ ਜਿਵੇਂ ਸੁੱਤੇ ਲੋਕਾਂ ਨੂੰ ਜਗਾ ਦਿੱਤਾ ਹੈ।
हर दानश्वर जरा माल लौटते होंदा सी उसके हाथ दे विच किताब होंदी सी, कोई ना कोई डिस्कशन कर रहा होंदा सी फलसफे दी तारीख दी। और उस जमाने च कहा जाता सी कि जेड़ा बंदा जेड़ा नौजवान सोशलिस्ट नहीं है समथिंग इज रोंग विद दैट पर्सन। हर मुंडा जेड़ा ना वो रोटी कपड़ा और मकान या पुट्टो या सोशलिस्ट उदे तो मुतासर सी। वो सारा वेला जेड़ा है वो बड़ा शानदार जमाना सी और बड़ी छेती खत्म हो गया जो जन्ना ज्यादा माशाल्लाह आया। हर चीज जेड़ी है वो एक लगा इस तरह लगा जिसा असी रोशनी तो अनेरे विच चले गए हैं। और वो फिर लेकिन जिन्हें लोगों ने एक्सपीरियंस किया जिस तरह मैं वो फिर याद साड़ी याददाश्त दे विच बहुत जड़ा है गहराई दे नाल मौजूद सी। ते मैं जड़ा है वो सारा पीरियड जड़ा है लाहौर का रिच कल्चर वो सारा और 70s का जमाना और प्लस वो जड़ा वक्त तब्दील होया। अगर तुसी लाहौर शहर च रहंदे हो जिसरा मैं हूँ 60 साल तो लाहौर शहर च रह रहे हैं ते जिन्नी तेजी दे नाल लाहौर तब्दील होया वो साड़ी याददाश्त जड़ी है साड़ा जेहन जड़ा उदे च उन्नी तेजी नाल तब्दील नहीं होंदा। मैं जो जाना वा किसी महल कहना यार इत्थे ते मकान होंदा सी इत्थे प्लाजा बन गया होया की हो गया वो फिर जिहड़ियां सारियां चीजां सन वो फिर कहानियां दे विच तुसी समझ लो वो मेरा जड़ा एक दर्द सी और मेरिया जड़िया यादा सन और मेरा जड़ा एंग्विश कहना चाहिए एक गुस्सा एक रिजेंटमेंट जड़ा हो रहा सी सारा कुछ उदी नामंजूरी जड़ी सी उदा इजहार जड़ा मैं क्रिएटिवली अपनी कहानियां च किया। दसो मैंने कि तुसी वैसे तो तुसी अंग्रेजी दे प्रोफेसर हो ते लेकिन लेके उसां तुसी जेड़ा पंजाबी दे विच सारा अपना काम जेड़ा कीता है सारा तुसी पंजाबी जुबान वास्ते अपनी मां बोली वास्ते थोड़ा बड़ा का काम है। ये दोनों चीजा तुसी मतलब है कि इहदे विच इक की थोड़ा आपस दे विच इहनां च रबत की थानू दिखदा कि अंग्रेजी भी तुसी पढ़ा रहे हो ते तुसी अंग्रेजी दे विच मतलब थोड़ी इक मुताला बहुत ज्यादा है लेकिन तुसी पंजाबी जुबान वास्ते मेनली काम कर रहे हो। ਅਸੀਂ 70s ਦੇ ਵਿੱਚ ਕੁਛ ਦੋਸਤਾਂ ਨੇ ਕਰਵਾਇਆ ਕਿਉਂਕਿ ਅਸੀਂ ਪ੍ਰੋਗਰੈਸਿਵ ਮਾਈਂਡਡ ਸਾਂ ਔਰ ਅਸੀਂ ਚਾਹੁੰਦੇ ਸਾਂ ਕਿ ਦੁਨੀਆਂ ਨੂੰ ਤਬਦੀਲ ਕਰੀਏ ਔਰ ਜਿਹੜੀਆਂ ਇਨਸਾਨ ਦੀਆਂ ਮਹਿਰੂਮੀਆਂ ਨੇ ਉਹਨਾਂ ਨੂੰ ਮੇਰਾ ਸਿਰਫ ਮੇਰਾ ਨਹੀਂ ਸੀ ਹੈ ਉਹ ਪੂਰੀ ਸਾਡੀ ਜਨਰੇਸ਼ਨ ਸੀ ਬੇਸ਼ੁਮਾਰ ਲੋਕ ਸਨ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਜੋ ਚਾਹੁੰਦੇ ਸਨ ਅਤੇ ਉਹਦੇ ਵਿੱਚ ਇੱਕ ਮੇਰਾ ਦੋਸਤ ਸੀ ਸਾਡਾ ਸਾਡੇ ਤੋਂ ਸੀਨੀਅਰ ਸੀ ਉਸਤਾਦ ਕਹਿ ਲਓ ਗੁਰੂ ਕਹਿ ਲਓ ਉਹ ਉਹਦਾ ਨਾਂ ਸੀ ਲਖਤ ਪਾਸ਼ਾ। ਉਹ ਸਾਨੂੰ ਮਿਲਿਆ 75-76 ਚ ਉਸ ਤੋਂ ਪਹਿਲੇ ਉਹ ਰੇਲਵੇ ਚ ਕੰਮ ਕਰ ਰਿਹਾ ਸੀ ਤੇ ਮੈਂ ਬਹੁਤ ਅੱਛਾ ਉਰਦੂ ਮੈਂ ਬਹੁਤ ਜ਼ਿਆਦਾ ਪੜ੍ਹੀ ਸੀ ਅਸੀਂ ਕਿਉਂਕਿ ਦੱਸਿਆ ਮੈਂ ਇੱਕ ਪੁਰਾਣੇ ਮੁਹੱਲੇ ਚ ਸਾਂ ਆਨਾ ਲਾਇਬ੍ਰੇਰੀਆਂ ਹੁੰਦੀਆਂ ਸੀ ਸਾਡੇ ਮੁਹੱਲਿਆਂ ਦੇ ਵਿੱਚ ਤੇ ਮੈਂ 9ਵੀਂ 10ਵੀਂ 11ਵੀਂ 12ਵੀਂ BA ਤੱਕ ਮੈਂ ਕਾਫੀ ਉਰਦੂ ਲਿਟਰੇਚਰ ਪੜ੍ਹ ਲਿਆ ਸੀ ਉਦਾਸ ਨਸਲੇ ਆਕਾ ਦਰਿਆ ਮੰਟੋ ਅਸਮਤ ਚੁਗਤਾਈ ਕਾਫੀ ਲੋਕਾਂ ਨੂੰ ਉਰਦੂ ਮੇਰੀ ਬਹੁਤ ਸ਼ਾਨਦਾਰ ਸੀ ਮੈਂ ਉਰਦੂ 'ਚ ਨਜ਼ਮਾਂ ਵੀ ਲਿਖਣਾ ਸਾਂ ਕਹਾਣੀਆਂ ਵੀ ਲਿਖਣਾ ਸਾਂ ਤੇ ਉਹ ਕਹਿੰਦਾ ਯਾਰ ਇੱਕ ਤਾਂ ਹੈਗਾ ਕਿ ਅਸੀਂ ਤਬਦੀਲੀ ਲੈ ਕੇ ਆਉਣੀ ਹੈ ਤੇ ਫਿਰ ਜਿਹੜੇ ਲੋਕ ਨੇ ਉਹ ਤੇ ਪੰਜਾਬੀ ਬੋਲਦੇ ਨੇ। ਦੂਸਰੀ ਉਹਨੇ ਗੱਲ ਕਹੀ ਜਿਹੜੀ ਮੈਨੂੰ ਸਮਝ ਲਓ ਖਾ ਗਈ ਉਹਨੇ ਕਿਹਾ ਕਿ ਯਾਰ ਉਰਦੂ ਤੇ ਸਾਰੇ ਲਿਖਦੇ ਨੇ ਪੰਜਾਬੀ ਕੌਣ ਲਿਖੇਗਾ। ਇਹ ਇੱਕ ਐਸੀ ਗੱਲ ਸੀ ਜਿਹੜੇ ਸਮਝ ਲਓ ਮੇਰੇ ਦਿਲ ਦੇ ਬਹੁਤ ਅੰਦਰ ਉਤਰ ਗਈ ਤੇ ਮੈਂ ਉਹਦੇ ਬਾਅਦ ਫਿਰ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕਰਤਾ 75-76 ਦੀਆਂ ਮੇਰੇ ਕੋਲ ਅਜੇ ਵੀ ਮੈਨੂੰ ਨਜ਼ਮਾਂ ਯਾਦ ਨੇ ਜਿਹੜੀਆਂ ਪੰਜਾਬੀ ਚ। ਅੰਗਰੇਜ਼ੀ ਵਾਲੀ ਗੱਲ ਹੈ ਉਹ ਹੈਗੀ ਹੈ ਕਿ ਲਿਟਰੇਚਰ ਮੈਂ ਫਰਕ ਕੋਈ ਨਹੀਂ ਕਰਦਾ ਲਿਟਰੇਚਰ ਦੁਨੀਆਂ ਦਾ ਚਾਹੇ ਇੰਗਲਿਸ਼ ਹੈ ਚਾਹੇ ਪੰਜਾਬੀ ਹੈ ਚਾਹੇ ਉਰਦੂ ਹੈ ਚਾਹੇ ਬੰਗਾਲੀ ਹੈ ਲਿਟਰੇਚਰ ਲਿਟਰੇਚਰ ਹੁੰਦਾ ਹੈ ਉਹਦੇ ਕੱਪੜੇ ਸਾਰੇ ਲਵਾਜ਼ਮਾਤ ਹੁੰਦੇ ਲੇਕਿਨ ਇੰਗਲਿਸ਼ ਲਿਟਰੇਚਰ ਦੀ ਬਹੁਤ ਵੱਡੀ ਵਜ੍ਹਾ ਸੀ ਕਿ ਉਹਦੇ ਵਿੱਚ ਜੋਬ ਮਿਲ ਜਾਂਦੀ ਹੈ ਬਦਕਿਸਮਤੀ ਦੇ ਨਾਲ MA ਪੰਜਾਬੀ ਨੂੰ ਕੋਈ ਨੌਕਰੀ ਨਹੀਂ ਮਿਲਦੀ ਅਗਰ ਮਿਲਦੀ ਹੁੰਦੀ ਸ਼ਾਇਦ ਮੈਂ ਇਹਦੇ 'ਚ ਕਰਦਾ। ਮੈਨੂੰ ਕਈਆਂ ਨੇ ਕਿਹਾ ਕਿ ਯਾਰ ਤੇਰਾ ਪੰਜਾਬੀ ਦਾ ਸ਼ੌਕ ਸਹੀ ਹੈ ਲੇਕਿਨ ਇਹਦੇ 'ਚ ਤੈਨੂੰ ਨੌਕਰੀ ਨਹੀਂ ਲੱਭਣੀ। ਮੈਂ ਤਿਆਰੀ ਵੀ ਸ਼ੁਰੂ ਕੀਤੀ ਸੀ ਪੰਜਾਬੀ ਦੀ ਲੇਕਿਨ ਫਿਰ ਛੱਡ ਕੇ ਮੈਂ ਅੰਗਰੇਜ਼ੀ 'ਚ ਆ ਗਿਆ। ਜਿਹੜਾ ਮੇਰਾ ਅਕੈਡਮਿਕ ਕੈਰੀਅਰ ਹੈ ਉਹਦਾ ਥੋੜ੍ਹੀ ਜਿਹੀ ਮੈਂ ਗੱਲ ਕਰਦਿਆਂ ਕਿ ਮੈਂ ਫਿਲਾਸਫੀ 'ਚ ਐਕਚੁਅਲੀ ਦਾਖਲਾ ਲਿਆ ਸੀ 78 ਦੇ ਵਿੱਚ ਪੰਜਾਬ ਯੂਨੀਵਰਸਿਟੀ 78
77 ਉਦੋਂ ਜ਼ਿਆਉਲ ਹੱਕ ਆ ਗਿਆ ਸੀ ਹਾਲਾਤ ਬਹੁਤ ਖਰਾਬ ਸੀ ਆਲਰੇਡੀ ਮੈਂ NSF ਦੇ ਵਿੱਚ ਕੰਮ ਕਰ ਰਿਹਾ ਸਾਂ ਇਸਲਾਮੀਆ ਕਾਲਜ ਸਿਵਲ ਲਾਈਨ 'ਚ ਅਰਸ਼ਦ ਭੱਟ ਸਾਹਿਬ ਹੁੰਦੇ ਸਨ ਔਰ ਮੈਂ ਬਹੁਤ ਜ਼ਿਆਦਾ ਐਕਟਿਵ ਨਹੀਂ ਸਾਂ ਬੇਸਿਕਲੀ ਤੇ ਮੈਂ ਲਿਟਰੇਚਰ ਦਾ ਬੰਦਾ ਵਾਂ ਲੇਕਿਨ ਮੇਰੀ ਹਮਦਰਦੀਆਂ ਸੀ ਮੇਰੇ ਦੋਸਤ ਸਨ ਤੇ ਜਲਸਿਆਂ ਜੁਲਸਿਆਂ 'ਚ ਮੈਂ ਜਾਣਾ ਹੁੰਦਾ ਸਾਂ ਲੇਕਿਨ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਗਿਆ ਤੇ ਜਮਾਤੀਆਂ ਨੂੰ ਪਤਾ ਲੱਗ ਗਿਆ ਤੇ ਉਹ ਮੈਂ ਮੈਰਿਟ ਲਿਸਟ ਹੀ ਵੇਖ ਰਿਹਾ ਸੀ ਤੇ ਉਹਨੇ ਮੂੰਹ ਤੇ ਇਸ ਤਰ੍ਹਾਂ ਕਰਕੇ ਕਿਹਾ ਕਾਲ ਕੱਢ ਕੇ ਮੈਨੂੰ ਕਿਹਾ ਕਿ ਤੈਨੂੰ ਦਾਖਲਾ ਤੇ ਮਿਲ ਗਿਆ ਲੇਕਿਨ ਉਹ ਧਿਆਨ ਨਾ ਰਹੀ ਤੇ ਉੱਥੇ ਰੋਜ਼ ਕੁੱਟ ਪੈਂਦੀ ਹੁੰਦੀ ਸੀ ਲੈਫਟਿਸਟਾਂ ਨੂੰ ਔਰ ਬੜਾ ਇੱਕ ਜ਼ਬਰਦਸਤ ਸੀ ਟਾਰਚਰ ਸੀ ਅਸੀਂ ਵੀ ਲੜਨੇ ਸਾਂ ਲੇਕਿਨ ਆਸਤਾ ਆਸਤਾ ਜ਼ਿਆਦਾ ਮਾਰਸ਼ਲ ਆ ਚੁੱਕਿਆ ਸੀ ਔਰ ਉਹਨਾਂ ਨੂੰ ਸਿਆਸੀ ਪੈਟ ਜਿਹੜਾ ਸੀ ਰਿਆਸਤ ਉਹਨਾਂ ਨੂੰ ਸਪੋਰਟ ਕਰ ਰਹੀ ਸੀ ਸਰਕਾਰ ਕਰ ਰਹੀ ਸੀ ਜਮਾਤੀਆਂ ਨੂੰ ਮੈਂ ਬੜਾ ਬਦਦਿਲ ਹੋ ਗਿਆ ਮੈਂ ਫਿਰ ਛੱਡ ਦਿੱਤੀ ਫਿਲਾਸਫੀ ਮੈਂ ਬਾਹਰ ਚਲਾ ਗਿਆ ਸੀ ਯੂਰਪ ਉਹਦੇ ਬਾਅਦ ਮੈਂ ਵਾਪਸ ਆ ਕੇ ਫਿਰ MA ਅੰਗਰੇਜ਼ੀ ਕੀਤਾ ਔਰ 87 'ਚ ਮੈਂ ਮਹਿਕਮਾ ਜਿਹੜਾ ਪੰਜਾਬ ਦਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਐਜ਼ ਲੈਕਚਰਰ ਮੈਂ ਕੀਤੀ ਤੇ ਸਾਰੀ ਉਮਰ ਅੰਗਰੇਜ਼ੀ ਪੜ੍ਹਾਈ ਹੈ ਲੇਕਿਨ ਸੇਵਾ ਜਿਹੜੀ ਹੈ ਮੈਂ ਪੰਜਾਬੀ ਦੀ ਵੀ ਕੀਤੀ ਹੈ ਔਰ ਪ੍ਰੋਗਰੈਸਿਵ ਥਾਟਸ ਦੀ ਵੀ ਕੀਤੀ ਦੱਸੋ ਕਿ ਇਹ ਜਿਹੜਾ ਤੁਸੀਂ ਗੱਲ ਕੀਤੀ ਜਿਹੜੀ ਸ਼ੁਰੂ ਦੇ ਵਿੱਚ ਕਿ ਪੰਜਾਬੀ ਜ਼ੁਬਾਨ ਦਾ ਤੁਹਾਨੂੰ ਜਦੋਂ ਜਿਵੇਂ ਯਾਰਾਂ ਬੇਲੀਆਂ ਨੇ ਕਿਹਾ ਕਿ ਵੀ ਇੱਕ ਇਹਦੇ 'ਚ ਕੋਈ ਲਿਖਣ ਵਾਲਾ ਕੋਈ ਨਹੀਂ ਇਹਦੇ 'ਚ ਬੋਲਣ ਵਾਲਾ ਉਸ ਤਰੀਕੇ ਨਾਲ ਕੋਈ ਨਹੀਂ ਇਹਦੀ ਆਵਾਜ਼ 'ਚ ਚੁੱਕਣ ਵਾਲਾ ਕੋਈ ਨਹੀਂ ਤੇ ਤੁਸੀਂ ਉਹਦਾ ਐਦ ਕੀਤਾ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਜਿਹੜੀ ਹੈ ਇਹ ਕੋਈ ਕੌਮੀ ਜ਼ੁਬਾਨ ਹੈ ਜਾਂ ਇਹ ਕੋਈ ਇਲਾਕੇ ਦੀ ਜ਼ੁਬਾਨ ਹੈ ਉਰਦੂ ਨੂੰ ਕਿਹਾ ਜਾਂਦਾ ਕਿ ਉਰਦੂ ਜਿਹੜੀ ਹੈ ਉਹ ਇੱਕ ਜਿਹੜੀ 47 ਤੋਂ ਬਾਅਦ ਇੱਕ ਕੌਮੀ ਜ਼ੁਬਾਨ ਦੇ ਤੌਰ ਦੇ ਉੱਤੇ ਲਾਗੂ ਹੋਈ ਹੈ ਇਹ ਕੌਮੀ ਜ਼ੁਬਾਨ ਜਿਹੜੀ ਹੈ ਇਹ ਕੀ ਹੁੰਦੀ ਹੈ ਜ਼ਰਾ ਮੁਕਤਸਰ ਜਿਹਾ ਥੋੜ੍ਹਾ ਜਿਹਾ ਇਹਦੇ ਦੱਸਣਾ ਕਿ ਕੌਮੀ ਜ਼ੁਬਾਨ ਲੋਕ ਕਿਹਨੂੰ ਕਹਿੰਦੇ ਆ ਕੌਮੀ ਜ਼ੁਬਾਨ ਕੀ ਹੁੰਦੀ ਹੈ ਉਰਦੂ ਤੇ ਵੈਸੇ ਕੌਮੀ ਜ਼ੁਬਾਨ ਪਾਕਿਸਤਾਨ ਦੀ ਨਹੀਂ ਬਣਦੀ ਪਾਕਿਸਤਾਨ ਇੱਕ ਫੈਡਰਲ ਯੂਨਿਟ ਹੈ ਚਾਰ ਕੌਮੀਅਤਾਂ ਇਹਦੇ ਵਿੱਚ ਵੱਡੀਆਂ ਹੈ ਨੇ ਔਰ ਉਹਨਾਂ ਨੇ ਆਪਸ ਦੇ ਵਿੱਚ ਤੈਅ ਕੀਤਾ ਕਿ ਅਸੀਂ ਪਾਕਿਸਤਾਨ ਨੂੰ ਜੁਆਇਨ ਕਰਾਂਗੇ ਔਰ ਫੈਡਰੇਟਿੰਗ ਯੂਨਿਟ ਹੈ ਮੈਂ ਸਮਝਣਾ ਕਿ ਜਿਹੜੇ ਪਾਕਿਸਤਾਨ ਦੀਆਂ ਸਾਰੀਆਂ ਜਿਹੜੀਆਂ ਕੌਮੀਅਤਾਂ ਨੇ ਉਹਨਾਂ ਦੀਆਂ ਜਿਹੜੀਆਂ ਜ਼ੁਬਾਨਾਂ ਨੇ ਉਹ ਕੌਮੀ ਜ਼ੁਬਾਨਾਂ ਨੇ ਉਰਦੂ ਪੰਜਾਬੀ ਔਰ ਪਸ਼ਤੋ ਸਿੰਧੀ ਬਲੋਚੀ ਵਰੋਹੀ ਇਹ ਸਾਰੀਆਂ ਜਿਹੜੀਆਂ ਕੌਮੀ ਜ਼ੁਬਾਨਾਂ ਨੇ ਸੈਨਟ ਦੇ ਵਿੱਚ ਇੱਕ ਕਰਾਰਦਾਦ ਪੇਸ਼ ਵੀ ਹੋਈ ਸੀ ਉਹ ਪਾਸ ਵੀ ਹੋ ਗਈ ਸੀ ਉਹਦੇ 'ਤੇ ਅਮਲ ਨਹੀਂ ਹੋਇਆ ਉਹ ਆਰਵੀ ਮਹਿਮਨ ਨੇ ਪੇਸ਼ ਕੀਤੀ ਸੀ ਕਿ ਇਹਨਾਂ ਨੂੰ ਕੌਮੀ ਜ਼ੁਬਾਨ ਦਾ ਦਰਜਾ ਕਰਾਰ ਦਿੱਤਾ ਜਾਏ ਔਰ ਮੁਸਲਸਲ ਇਹਦੇ ਉੱਤੇ ਜਿਹੜਾ ਹੈ ਉਰਦੂ ਜਿਹੜੀ ਹੈ ਉਹ ਰਾਬਤੇ ਦੀ ਜ਼ੁਬਾਨ ਬਿਲਕੁਲ ਬਣ ਸਕਦੀ ਹੈ ਲੇਕਿਨ ਜਿਹੜੇ ਰੂਟਸ ਹੈਗੇ ਨੇ ਔਰ ਜਿਹੜੀ ਤਾਦਾਦ ਹੈਗੀ ਹੈ ਉਹਨਾਂ ਦੀ ਜਿਹੜੇ ਉਹਦਾ ਜਿਹਨਾਂ ਦੀ ਮਦਰ ਟੰਗ ਹੈ ਉਰਦੂ ਉਹ ਵੀ 10% ਤੋਂ ਜ਼ਿਆਦਾ ਨਹੀਂ ਆਬਾਦੀ ਦੇ ਅਤੇ ਕਿਉਂਕਿ ਉਹਦੇ ਪਿੱਛੇ ਇੱਕ ਬਹੁਤ ਵੱਡੀ ਤਾਰੀਖ ਹੈ ਕਿ ਉਰਦੂ ਪੰਜਾਬ 'ਚ ਕਿਉਂ ਆਈ ਜੇ ਤੁਸੀਂ ਸਵਾਲ ਕਰੋਗੇ ਤਾਂ ਮੈਂ ਦੱਸ ਵੀ ਦਾਂਗਾ ਉਹਦੀ ਇੱਕ ਪੋਲੀਟੀਕਲ ਔਰ ਹਿਸਟੋਰੀਕਲ ਵਜ੍ਹਾ ਹੈ ਉਰਦੂ ਦਾ ਪਾਕਿਸਤਾਨ ਦੇ ਵਿੱਚ ਹੋਣਾ ਔਰ ਉਹਦਾ ਕੌਮੀ ਜ਼ੁਬਾਨ ਕਰਾਰ ਦੇਣਾ ਬੰਗਾਲੀਆਂ ਨੇ ਨਹੀਂ ਮੰਨੀ ਸੀ ਤੁਹਾਨੂੰ ਪਤਾ ਹੀ ਹੈ ਔਰ ਕਾਇਦ ਆਜ਼ਮ ਨੇ ਕਿਹਾ ਤੇ ਬੰਗਾਲੀਆਂ ਨੇ ਰਿਜੈਂਟ ਕੀਤਾ ਬੰਗਾਲੀ ਸਟੂਡੈਂਟ ਢਾਕਾ ਯੂਨੀਵਰਸਿਟੀ 'ਚ ਸ਼ਹੀਦ ਹੋ ਗਏ ਔਰ ਜਿਹੜਾ ਯੂਨਾਈਟਿਡ ਪਾਕਿਸਤਾਨ ਸੀ ਉਹਦਾ ਉਹਦੇ ਤਾਬੂਤ ਦੇ ਵਿੱਚ ਜਿਹੜਾ ਪਹਿਲਾ ਕਿਲ ਠੋਕਿਆ ਗਿਆ ਉਹ ਜ਼ੁਬਾਨ ਦੇ ਸਵਾਲ ਨੇ ਠੋਕਿਆ ਸੀ ਬਾਅਦ 'ਚ ਅਸੀਂ ਬੰਗਾਲੀਆਂ ਨੂੰ ਮੰਨ ਵੀ ਲਿਆ ਕਿ ਉਹਨਾਂ ਦੀ ਜ਼ੁਬਾਨ ਹੈ ਲੇਕਿਨ ਸਾਡੀਆਂ ਦੂਰੀਆਂ ਦਿਲਾਂ ਦੀਆਂ ਇੰਨੀਆਂ ਜ਼ਿਆਦਾ ਹੋ ਚੁੱਕੀਆਂ ਸੀ ਫਿਰ ਅਸੀਂ ਬ੍ਰਿਜ ਨਹੀਂ ਕਰ ਸਕੇ ਸਹੀ ਹੈ ਇਹ ਦੱਸੋ ਕਿ ਇਹ ਜਿਹੜੀ ਪੰਜਾਬੀ ਜ਼ੁਬਾਨ ਹੈ ਇਹਦੇ ਲਿਖਣ ਦੇ ਇੱਕ ਜਿਹੜਾ ਇੰਡੀਆ ਦਾ ਈਸਟ ਪੰਜਾਬ ਹੈ ਈਸਟ ਪੰਜਾਬ ਦੇ ਵਿੱਚ ਗੁਰਮੁਖੀ ਦੇ ਵਿੱਚ ਲਿਖੀ ਜਾਂਦੀ ਹੈ ਸਾਡੇ ਵੱਲ ਜਿਹੜੀ ਹੈ ਇਹ ਫਾਰਸੀ ਜਿਹੜਾ ਪਰਸ਼ੀਅਨ ਹੈ ਸ਼ਾਹਮੁਖੀ ਵੀ ਕਹਿੰਦੇ ਆ ਤੇ ਪਰਸ਼ੀਅਨ ਜਿਹੜਾ ਸਾਰਾ ਖੱਤ ਹੈ ਉਹਦੇ ਵਿੱਚ ਲਿਖੀ ਜਾਂਦੀ ਹੈ ਇਹਨਾਂ ਦੋਵਾਂ ਦਾ ਜਦੋਂ ਕਿ ਅਸੀਂ ਸਿਆਸੀ ਤੌਰ ਦੇ ਉੱਤੇ ਵੀ ਦੂਰ ਦੂਰ ਆ ਜੁਗਰਾਫੀ ਤੌਰ 'ਤੇ ਵੀ ਹੁਣ ਸਿੱਖਾਂ ਦੇ ਨਾਲ ਇੱਕ ਵੰਡ ਤੱਕ ਹੈਗੀ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਪੰਜਾਬੀ ਨੇ ਇਹ ਹੋਰ ਤਰ੍ਹਾਂ ਦੇ ਜ਼ੁਬਾਨ ਤੋਂ ਥੋੜ੍ਹੀ ਜਿਹੀ ਇਹਨਾਂ ਦੇ ਲਿਖਣ ਦਾ ਤੇ ਅੰਦਾਜ਼ ਸਾਰਾ ਫਰਕ ਹੈ ਇਹਦੇ ਵਿੱਚ ਕੋਈ ਮਿਲਾਪ ਆਪਸ 'ਚ ਕੋਈ ਕਲਚਰਾਂ ਦੀ ਕੋਈ ਸਾਂਝ ਹੈਗੀ ਹੈ ਦੇਖੋ ਬੋਲ ਸਾਂਝ ਤੇ ਬਹੁਤ ਜ਼ਿਆਦਾ ਹੈ ਕਿਉਂਕਿ 47 ਤੋਂ ਪਹਿਲੇ ਬੇਸ਼ੱਕ ਜਿਹੜੇ ਨੇ ਸਿੱਖ ਉਹ ਗੁਰਮੁਖੀ 'ਚ ਲਿਖਦੇ ਸਨ ਜਾਂ ਹਿੰਦੂ ਦੇ ਉਹ ਨਾਗਰੀ 'ਚ ਲਿਖਦੇ ਸਨ ਔਰ ਮੁਸਲਮਾਨ ਫਾਰਸੀ ਲਿਪੀ 'ਚ ਜਾਂ ਸ਼ਾਹਮੁਖੀ ਜਿਹੜਾ ਵੀ ਨਾਂ ਦਿਓ ਲੇਕਿਨ ਜਿਹੜਾ
सांझ बहुत ज्यादा सी, लाहौर सेंटर सी पंजाबी बोली का, मोहन सिंह इतने रसाला कर रहा है, अमृता प्रीतम रेडियो च काम करती सी। दूसरी गल जी है कि बाबा फरीद तो लैके जो 12वीं 13वीं सदी के ने उन्हों तो लैके अमृता प्रीतम की एक नज़म अज आखा वारस शाह साड़ी सांझ हैगी है पंजाबी लिटरेचर की। पंजाबी लिटरेचर नहीं वंडिया गया 47 के बाद, वो उत्थे ही है क्योंकि जरा बाबा फरीद का कलाम है वह गुरु ग्रंथ चो सू मिलया, वो अज भी गुरु ग्रंथ ही है। और जरा शाह हुसैन है वह माधो लाल हुसैन माधो के नाल लड़के दे नाल जरा रिश्ता सी वह अज भी उत्थे ही है। हीर वारस शाह दे विच हीर रांझा जरा बालनाथ को जाके कन्न विच मुंदरा पाता है, जरा एक नॉन मुस्लिम है कन्न कपवादा है, वह जड़ी एक सेंक्रेटिक जिन्हों कहा जाता है एक सांझी मजहबी जड़ी धर्मी जड़ी वंड है उस तो अगां, क्योंकि पूरा जरा साड़ा पंजाबी लिटरेचर है उहदे विच एक लाइन सेक्टेरियन कम्यूनल नहीं मिलेगी, किसी मजहब के खिलाफ कोई लाइन नहीं मिलेगी, वो सैकुलर है सेंक्रेटिक है सांझा है। सारे जड़े साढ़े शायर ने वो अमन का आश्ती का मुहब्बत का और भाईचारे का पैगाम दे रहे हैं सारे ही जड़े, तो पंजाबी लिटरेचर नहीं वंडिया गया। लेकिन जी गुरमुखी है वो जरा जो ग्रंथ बढ़िया तो उदों डिवेलप हो गई। मुसलमान जड़े सन पोएट जिवें बाबा फरीद गुरमुखी जी है वो एक सिख रिलीजन के नाल भी एक लिंक है, वो जी स्क्रिप्ट है स्क्रिप्ट सिखिज्म के विचों भी एक लिंक बनिया जो उस तो पहले जी लिखी जा रही थी फारसी वाली पंजाबी से लिखी जा रही। वाह उन्होंने अदे विच ही लिखिया बाबा नानक ने और उहदे बाद सारा कलाम उहदे विच ही है उहदे विच गुरमुखी दे विच। उस तो पहले जड़ा है बाबा फरीद या शाह हुसैन या वारस शाह यह बेसिकली अरबी फारसी के आलम सन, इन्होंने फारसी लिपि दे विच या उहदे विच लिखिया अपना कलाम, वो चलता रहा चलता रहा। जरा अंग्रेज आया जदों अंग्रेज आया उन्हें सिंधिया सिक्रिप्ट दिता, सिंधी सिक्रिप्ट इस वे सिंधी जिस सिक्रिप्ट लिखते हैं और अरेबिक पर बड़ा शक्ल तुम देखिया होनगिया वो अंग्रेजा का दिता है। लेकिन पंजाब दे विच वो उन्होंने डिवाइड एंड रूल की पॉलिसी रखी, पंजाब पहले तो उन्होंने पंजाबी बैन कर दिती और कोई सिक्रिप्ट नहीं दिता। काफ़ी अरसे दे बाद उन्होंने हिंदू हिंदी का उर्दू का झगड़ा शुरू हो गया 1920-1930 उर्दू मुसलमाना की बन गई हिंदी हिंदुआ की और पंजाबी सिखा की, और जिन्हों वर्नैकुलर लैंगुएज कहा जाता सी वो उन्होंने गुरमुखी लाती, वो सिख पढ़ते सन असी उर्दू पढ़ते सन, उर्दू सारे ही पढ़ते सन, सिख भी पढ़ते सन मुसलमान भी हिंदू भी, उर्दू मीडियम इंस्ट्रक्शन भी सी, इसलिए पुराने बंद अज भी उर्दू आती है, तो वह उर्दू के सारा सिलसिला चलता रहा। मैं समझना सिक्रिप्ट एडा वड्डा मसला नहीं है, कंप्यूटर दे विच एक सतह ते जाके असी इसनू हल कर लांगे, एक क्लिक करोगे तुसी इनू कर लिता जाएगा। ए सिर्फ एक बहाने जे असी बनाए हुए ने साडियां सरकारां ने पंजाबी नू ना नाफस करन दे कि तुहाडे दो सिक्रिप्ट ने तुहाडा ए तुहाडा वो है, तुसी अगर जबान नू नाफस करना चाहते हो तो नाफस करो, असी पढ़ रहे हां इस सिक्रिप्ट च बिल्कुल साइंटिफिक नहीं है, उसे शाहमुखी का सिक्रिप्ट खास तौर पर कुछ सारिया आवाजा भी नहीं ने, प्रॉब्लम्स ने फोनैटिक्स के फोनोलॉजी के, लेकिन वो बहुत परफेक्ट है गुरमुखी वाला कंप्यूटर से भी बहुत सही आता है। लेकिन है एक तारीख दे असी उस नुक्के ते गए हैं जो फिलहाल सानू इहदे नाल ही रहना पएगा, इहदा कोई हल नहीं है। सही है ਨਾਜ਼ਰੀਨ, ਅਸੀਂ ਥੋੜ੍ਹੀ ਜਿਹੀ ਇੱਕ ਬ੍ਰੇਕ ਲੈਂਦੇ ਹਾਂ, ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਹਾਜ਼ਰ ਹੁੰਦੇ ਹਾਂ, ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਅਸਲਾਮ ਅਲੈਕੁਮ, TZK TV YouTube ਚੈਨਲ ਤਮੀਰ ਜ਼ਮਾਨ ਖਾਨ ਦਾ YouTube ਚੈਨਲ ਹੈ ਜਹਾਂ ਪਰ ਆਪ ਮੁਖਤਲਿਫ ਮੌਜੂਆਤ ਪਰ ਤਰੱਕੀ ਪਸੰਦ ਰੋਸ਼ਨ ਖਿਆਲ ਨੁਕਤਾ ਨਜ਼ਰ ਜਾਣ ਸਕਦੇ ਹੈ, ਇਸੇ ਸਬਸਕ੍ਰਾਈਬ ਕੀਜੀਏ ਔਰ ਚੈਨਲ ਕੋ ਸਪੋਰਟ ਕੀਜੀਏ। ਵੈਲਕਮ ਨਾਜ਼ਰੀਨ, ਬ੍ਰੇਕ ਸਾਡੀ ਖਤਮ ਹੋਈ, ਅਸੀਂ ਗੱਲਬਾਤ ਦਾ ਸਿਲਸਿਲਾ ਉੱਥੇ ਦੁਬਾਰਾ ਸ਼ੁਰੂ ਕਰਦੇ ਹਾਂ, ਪ੍ਰੋਫੈਸਰ ਜ਼ੁਬੈਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਜਿਹੜੀ ਹੈ ਉੱਥੇ ਦੁਬਾਰਾ ਸ਼ੁਰੂ ਕਰਦੇ ਹਾਂ। ਜ਼ੁਬੈਰ ਸਾਹਿਬ ਇਹ ਦੱਸੋ ਕਿ ਇਹ ਜਿਹੜੀ ਪੰਜਾਬੀ ਦਾ ਜਿਹੜਾ ਇੱਕ ਇਸ ਵੇਲੇ ਇੱਕ ਪਾਕਿਸਤਾਨ ਦੀ ਜਿਹੜੀ ਜਿਹੜੀ ਸਾਡੇ ਪੰਜਾਬ ਵਿੱਚ ਜ਼ੁਬਾਨ ਦੇ ਉੱਤੇ ਇੱਕ ਰਿਕਗਨੀਸ਼ਨ ਨਹੀਂ ਹੈਗੀ, ਉਹਦੇ 'ਚ ਹਕੂਮਤਾਂ ਨੂੰ ਜਾਂ ਰਿਆਸਤ ਨੂੰ ਕੀ ਮਫਾਦਾਤ ਨੇ
कि वह पंजाबी नूं एक कौमी जबान के तौर पर मनने लिए तैयार नहीं होंगे या इन्हें एक स्टेटस देने लिए तैयार नहीं होंगे, इन स्कूलों से लागू करने लिए तैयार नहीं होंगे, ये जदोजहद क्यों करनी पै रही हर जगह के पंजाबियों मुजाहरे करने पैंते हैं, उन्होंने अपनी आवाज उठानी पैंती है, उसके बावजूद भी वो मनने लिए तैयार नहीं, की इन्हों के इंटरस्ट है इन ना मनने च? ਉਹਦੇ ਪਿੱਛੇ ਮੈਂ ਦੱਸਿਆ ਸੀ ਪਹਿਲੇ ਵੀ ਤੁਹਾਨੂੰ ਇੱਕ ਤਾਰੀਖ ਹੈਗੀ ਹੈ ਜਿਹੜਾ ਪੁਰਾਣਾ ਜ਼ਮਾਨਾ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ 49 ਦੇ ਵਿੱਚ 1849 ਦੇ ਵਿੱਚ ਐਨੈਕਸੇਸ਼ਨ ਆਫ ਪੰਜਾਬ ਹੋਈ ਹੈ ਸਿੱਖਾਂ ਦੀ ਗੌਰਮੈਂਟ ਖਤਮ ਹੋ ਗਈ ਔਰ ਜਿਹੜਾ ਹੈ ਗੋਰਾ ਆ ਗਿਆ ਬ੍ਰਿਟਿਸ਼ ਆ ਗਿਆ ਉਸ ਤੋਂ ਪਹਿਲੇ ਜਿਹੜੀ 800 ਸਾਲ ਦੀ ਸਾਡੀ ਤਾਰੀਖ ਹੈ ਉਹਦੇ ਵਿੱਚ ਅਸੀਂ ਇੱਕ ਤੋਂ ਇੱਕ ਲਾਜਵਾਬ ਸ਼ਾਇਰ ਪੰਜਾਬੀ ਦਾ ਪੈਦਾ ਕੀਤਾ उस पीरियड दे विच जिहड़ी फारसी सी वो दरबार की जुबान सी लेकिन वह दरबार तक महदूद सी खलकत दे विच फारसी कोई नहीं बोलता सी खलकत दे विच लोकां दीआं जिहड़ी जुबानां सन वह चलदीआं सन जिवें भगत कबीर अपने इलाके की जुबान लिख रहा सी नानक अपनी जुबान लिख रहा सी शाह हुसैन पंजाबी लिख रहा सी वह लोकां दीआं अपनीआं जुबानां सन और उहदे च कोई रुकावट नहीं सी बोलण दे विच मदरसियां दे विच पढ़ाई हुंदी सी अरबी फारसी पढ़ी जाती सी या संस्कृत पढ़ी जाती सी लेकिन लोग अपनी बोली बोलते और वो बोली कई दफा इन्नी तगड़ी हो जाती सी कि दरबार के नाल जाके टकरांदी भी सी दरबार दीयां सरहदां जो अंग्रेजा ने अंग्रेज पंजाब दे विच आया ते 200 साल तक वह हिंदुस्तान ते हुकूमत कर चुकिया सी सब तो आखिर ते वह पंजाब दे विच आया असली पंजाब का पीरियड बहुत थोड़ा है 100 साल तो भी घट ने 49 ਦੇ ਵਿੱਚ ਆਇਆ ਔਰ 1947 ਤਕਰੀਬਨ 98 ਈਅਰ ਅੰਗਰੇਜ਼ਾਂ ਦੀ ਹਕੂਮਤ ਰਹੀ ਜਦੋਂ ਉਹ ਆਇਆ ਤੇ ਇੱਥੇ ਉਹ ਸਾਰਾ ਆਪਣੀ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਆਇਆ ਆਲਰੇਡੀ ਐਡਮਿਨਿਸਟ੍ਰੇਸ਼ਨ ਤਿਆਰ ਹੋ ਚੁੱਕੀ ਸੀ ਤੁਹਾਨੂੰ ਪਤਾ ਹੈ ਬੰਗਾਲੀ ਬਾਬੂ ਜਿਹੜਾ ਹੈ ਬਾਬੂ ਦਾ ਲਫ਼ਜ਼ ਬੰਗਾਲੀ ਤੋਂ ਆਇਆ ਸੀ ਬੰਗਾਲੀ ਬਾਬੂ ਆ ਚੁੱਕਿਆ ਸੀ ਕਲਕੱਤੇ ਤੋਂ ਔਰ ਯੂਪੀ ਸੀ ਪੀ ਦੇ ਵਿੱਚ ਉਹਦੀ ਸਾਰੀ ਬਿਊਰੋਕਰੇਸੀ ਔਰ ਕਲਰਕੋਕਰੇਸੀ ਉਹਦੇ ਨਾਲ ਆਈ ਜਦੋਂ ਪੰਜਾਬ ਦੇ ਵਿੱਚ ਉਹ ਆਇਆ ਅੰਗਰੇਜ਼ ਤੋਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਉਹ ਕਹਿੰਦਾ ਜੀ ਮੈਂ ਬਸ ਜੋ ਮੈਂ ਐਡਮਿਨਿਸਟ੍ਰੇਸ਼ਨ ਤਿਆਰ ਕੀਤੀ ਹੋਈ ਹੈ ਜੋ ਮੈਂ ਐਕਸਪੀਰੀਅੰਸ ਕੀਤਾ ਹੈ ਉਹਨੂੰ ਐਸ ਸੱਚ ਮੈਂ ਇੱਥੇ ਨਾਫਜ਼ ਕਰਦਾ ਹਾਂ ਲਿਹਾਜ਼ਾ ਉਹਨਾਂ ਨੂੰ ਲੱਗਾ ਕਿ ਪੰਜਾਬੀ ਇੱਕ ਰੈਸਟ੍ਰਿਕ ਜ਼ੁਬਾਨ ਹੈ ਇੱਕ ਜਾਂਗਲੀ ਜਿਹੀ ਜ਼ੁਬਾਨ ਹੈ ਇਹਦੇ 'ਚ ਕੋਈ ਇਲਮ ਨਹੀਂ ਹੈ ਨਾ ਉਹਦੇ 'ਚ ਕੋਈ ਡਿਬੇਟ ਚੱਲੀ ਦੋ ਸਿਰਫ ਡੀ ਸੀ ਸੀ ਜਿਨ੍ਹਾਂ ਨੇ ਕਿਹਾ ਨਹੀਂ ਪੰਜਾਬੀ ਲਾਉਣੀ ਚਾਹੀਦੀ ਹੈ ਬਾਕੀ ਸਾਰੇ ਡੀ ਸੀਆਂ ਨੇ ਕਿਹਾ ਉਰਦੂ ਲਾ ਦਿਓ ਉਰਦੂ ਉਹਨਾਂ ਨੂੰ ਸੌਖੀ ਪੈਂਦੀ ਸੀ ਕਚਹਿਰੀ 'ਚ ਆ ਗਈ ਮਦਰਸਿਆਂ 'ਚ ਆ ਗਈ ਸਕੂਲਾਂ 'ਚ ਆ ਗਈ ਇੰਗਲਿਸ਼ ਆ ਗਈ ਇੰਗਲਿਸ਼ ਜਿਹੜਾ ਸਿੱਖੇਗਾ ਉਹਨੂੰ ਸਭ ਤੋਂ ਪਹਿਲੇ ਨੌਕਰੀ ਮਿਲੇਗੀ ਜਾਂ ਉਰਦੂ ਵਾਲੇ ਨੂੰ ਸਾਰੀ ਦੁਨੀਆਂ ਨੇ ਉਹ ਉਰਦੂ ਔਰ ਅੰਗਰੇਜ਼ੀ ਪੜ੍ਹਨੀ ਸ਼ੁਰੂ ਕਰ ਦਿੱਤੀ ਪੰਜਾਬੀ ਜਿਹੜੀ ਉਹ ਬੈਨ ਹੋ ਗਈ ਔਰ ਇੱਕ ਬਹੁਤ ਵੱਡੀ ਵਜ੍ਹਾ ਪੰਜਾਬੀ ਦੇ ਨਾਂ ਲਾਉਣ ਦੀ ਇਹ ਵੀ ਸੀ ਕਿ ਉਹ ਇੱਕ ਅੰਗਰੇਜ਼ ਹੈ ਸੀ ਉਹਨੇ ਕਿਹਾ ਬਰਨੀਅਰ ਨੇ ਸ਼ਾਇਦ ਕਿ ਅਸੀਂ ਮਿਲੀਟੈਰੀਲੀ ਪੰਜਾਬ ਨੂੰ ਕੰਕਰ ਕਰ ਲਿਆ ਹੈ ਹੁਣ ਕਲਚਰਲੀ ਵੀ ਸਾਨੂੰ ਕਰਨਾ ਪਏਗਾ ਔਰ ਕਲਚਰਲੀ ਕੰਕਰ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੀ ਜ਼ੁਬਾਨ ਖਤਮ ਕਰ ਦਈਏ ਅਸੀਂ ਅਗਰ ਪੰਜਾਬੀ ਕਰਾਂਗੇ ਤਾਂ ਇਹਨਾਂ ਨੋਸਟੈਲਜੀਆ ਹੋਏਗਾ ਇਹਨਾਂ ਨੂੰ ਆਪਣਾ ਪੁਰਾਣਾ ਵੇਲਾ ਯਾਦ ਆਏਗਾ ਰਣਜੀਤ ਸਿੰਘ ਦਾ ਵੇਲਾ ਕਿ ਸਾਡੀ ਸਰਕਾਰ ਸੀ ਇੱਥੇ ਔਰ ਇਹ ਦੁਬਾਰਾ ਉਹਦੇ 'ਚ ਵਾਪਸ ਜਾ ਸਕਦੇ ਨੇ ਕੋਈ ਬਗਾਵਤ ਹੋ ਸਕਦੀ ਹੈ ਕੋਈ ਇਸ ਤਰ੍ਹਾਂ ਦੀ ਅਤੇ ਪੰਜਾਬੀ ਤਾਂ ਉਹ ਬੈਨ ਹੋ ਗਈ ਮੁਸਲਮਾਨਾਂ ਨੇ ਉਰਦੂ ਅਪਣਾ ਲਈ ਔਰ ਉਰਦੂ ਪੜ੍ਹਦੇ ਰਹੇ ਉਰਦੂ ਸ਼ਾਇਰ ਵੀ ਪੈਦਾ ਹੋ ਗਏ ਸਾਡੇ ਲਾਹੌਰ ਜਿਹੜਾ ਦਬਸਤਾਨ ਹੈ ਲਾਹੌਰ ਬਣ ਗਿਆ ਸਾਰਾ ਤੁਹਾਡੇ ਪਤਾ ਹੈ ਸਾਰਾ ਪ੍ਰੋਗਰੈਸਿਵ ਜਿਹਦੇ 'ਚ ਕਿੰਨਾ ਲਿਟਰੇਚਰ ਲਿਖਿਆ ਗਿਆ ਹੈ ਸਾਰੇ ਪੰਜਾਬੀ ਸਪੀਕਿੰਗ ਉਰਦੂ ਹੀ ਲਿਖ ਰਹੇ ਹੈ ਸਾਰੇ ਉਰਦੂ ਲਿਖ ਰਹੇ ਹੈ ਸਭ ਤੋਂ ਵੱਡਾ ਸ਼ਾਰਟ ਸਟੋਰੀ ਰਾਈਟਰ ਹੈ ਮੰਟੋ ਹੈ ਉਹ ਪੰਜਾਬੀ ਹੈ ਸਭ ਤੋਂ ਵੱਡਾ ਸ਼ਾਇਰ ਜਿਹੜਾ ਫੈਜ਼ ਅਹਿਮਦ ਫੈਜ਼ ਹੈ ਉਹ ਪੰਜਾਬੀ ਹੈ ਉਹਦੇ ਨਾਲ ਪੂਰੀ ਲੋਟ ਹੈਗੀ 47 ਜਦੋਂ ਪਾਕਿਸਤਾਨ ਬਣ ਗਿਆ ਤੇ ਇਹ ਜਿਹੜੀ ਅੰਗਰੇਜ਼ਾਂ ਦੀ ਪੋਲਿਸੀ ਸੀ ਇਹਨੂੰ ਖਤਮ ਨਹੀਂ ਕੀਤਾ ਗਿਆ ਜਿਹੜਾ ਜਿਸ ਨੂੰ ਕਹਿੰਦੇ ਨੇ ਕਿ ਤੁਸੀਂ ਪੋਲੀਟੀਕਲ ਜਿਹੜੇ ਜ਼ਿਆਦਾ ਹੋ ਪੋਲੀਟੀਕਲ ਸਟੂਡੈਂਟ ਹੋ ਬੇਸਿਕਲੀ ਤੁਸੀਂ ਪੋਲੀਟਿਕਸ 'ਤੇ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜਿਹੜਾ ਪਾਵਰ ਹੈ ਜਿਹੜੇ ਲੋਕਾਂ ਦੇ ਰਾਈਟਸ ਨੇ ਉਹ ਥੱਲੇ ਤੱਕ ਟਰਾਂਸਫਰ ਨਹੀਂ ਕੀਤੇ ਗਏ ਯਾਨੀ ਕਿ ਜਿਹੜਾ ਕਹਿਣਾ ਚਾਹੀਦਾ ਹੈ ਕਿ ਜਿਹੜਾ ਕਬਜ਼ਾ ਹੈ ਪਾਕਿਸਤਾਨ ਦਾ ਉਹ ਸਾਨੂੰ ਅਜੇ ਨਹੀਂ ਮਿਲਿਆ ਉਹ ਕਿਸੇ ਹੋਰ ਕੋਲ ਹੈਗਾ ਉਹਦੇ ਵਿੱਚ ਸਾਡੀ ਜ਼ੁਬਾਨ ਵੀ ਹੈਗੀ ਹੈ ਉਹਦੇ 'ਚ ਸਾਡੇ ਇਨਸਾਨੀ ਹਕੂਕ ਵੀ ਹੈਗੇ ਨੇ ਉਹਦੇ 'ਚ ਸਾਡੀ ਤਾਲੀਮ ਵੀ ਹੈਗੀ ਹੈ ਉਹਦੇ 'ਚ ਬੇਸ਼ੁਮਾਰ ਸਾਡੀਆਂ ਮਹਿਰੂਮੀਆਂ ਨੇ ਉਹਦੇ ਵਿੱਚ ਚੱਲੀਆਂ ਆ ਰਹੀ ਆ ਉਹ ਪੂਰਾ ਪੈਕੇਜ ਹੈਗਾ ਜਿਹੜਾ ਅਜੇ ਤੱਕ ਸਾਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਬੰਗਾਲੀਆਂ ਨੂੰ ਨਹੀਂ ਦਿੱਤਾ
वो इशू बन गया। सिंधिया ने जो आए ने सिंधी पावर च पुटो पुटो ने कर लिया। सिर्फ मैं एक गल करांगा तुहाडी गल दे जवाब दे विच कि जिहड़ा जुबान दा इशू है बहुत सेंसिटिव इशू है, इन्ना सेंसिटिव इशू है कि तुसीं देखो बंगलादेश बन गया इस इशू दे उत्ते। वो चिंगारी जिहड़ी है जुबान दे इशू ते जिहड़ी सी वो बनी सी जिहड़ी बाद च अग्गे पांबड़ बन गई ते जिहड़ी है साडी जिहड़ी साडी रियासत हैगी है वह अजे तक लोगों उन्हां दे हकूक नहीं दे रही जुबान दे। और दूसरी वजह है कि जिहड़ा पंजाबी ने ब्यूरोक्रेसी दे विच ने आर्मी दे विच ने या वैसे जिहड़ा है कैपिटलिज्म दे विच भी उन्हां दा बहुत ज्यादा हिस्सा है। शायद वह समझते हैं कि असी अगर पंजाब की गल करांगे तो शायद सानू अपने कुछ जिहड़ियां सानू पावर मिली है वह सरेंडर करनी पेगी। अगर असी पाकिस्तानी कहीए तो साडे लई राज करना ज्यादा आसान है पाकिस्तानी कह के। जे असी अपनी शनाख्त की गल करांगे इस वेले जिहड़ी इकनोमिक्स का इशू है वह तो पंजाबियों का इन्ना बुरा नहीं है, पंजाबी प्रोस्पर कर रहे हैं बहुत कुछ है उन्होंने को। कल्चरली इस वेले पाकिस्तान की शायद सब तो मजलूम कौमियत है, उन्होंने को अपनी जुबान नहीं है, वह गूंगे ने। बलोचियों को भी थोड़ी जी है, वह भी अपना गुजारा कर लेंगे ने, वह बोलते ने कम अज कम। पछतो वाले जड़े पठान अपने घर अपने बच्चों का पछतो बोल, असी तो अपने घर च बोल नहीं छड़ दी, असी बिल्कुल डिसओन कर लिया। वी लव टू हेट अवर लैंग्वेज। असी उस इस तो उस फेज च जाहल है गुवार है गुवारा लोगों की जबान। वारिस शाह जिदे विच पैदा होया जिस बाबा फरीद पैदा होया शाह हुसैन वह गुवारा की बोली कितों हो गई, दुनिया की शानदार बोली है, इन्ना रिफाइंड लैंग्वेज लिखा गया, बाबा नानक ने लिखे वे पूरा सिख मत जरा ग्रंथ की जबान है। ये गल ठीक है। मैं थोनू एक वाकया एक होया, मेरा एक दोस्त सीगा वो एक गोरी नू व्याह के लैके गया पाकिस्तान। वो मतलब वो आप तो पंजाबी बोलता सी, घर च भी पंजाबी बोलते सी, लेकिन वो गोरी नू जदों उन्हें अपनी जुबान सिखाई तो उन्हें उर्दू सिखाई, घर सारे पंजाबी बोलते, उन्हें पंजाबी नहीं सिखाई। मैं उन्होंने पूछया, मैं क्या बई तू ये आप तुसी सारे पंजाबी बोलते हो, तू अपने माँ बाप नाल भैन भाइयों नाल सारे नाल पंजाबी गल करना है, ये जिहड़ी बाहरों आई सी तू इहनू भी अपनी जुबान सिखानी सी, इहनू तू उर्दू क्यों सिखाई है। वो मैनू कहिंदा जी मेरे कोल पंजाबी सिखाउण दे कोई टूल नहीं सीगे, इहनू तां मैं लिखा लिखा के ते कायदे दे नाल ते किताबां पढ़ा पढ़ा के इहनू मैं उर्दू सिखाई है, लेकिन पंजाबी दे विच मैनू कोई ऐसे कायदे कोई ऐसी स्टार्ट कोई ऐसी बिगनर वास्ते कोई ऐसी चीज़ नहीं मिली जे जिहड़ी कि मैं इहनू सिखा सकदा। ये दसो ये की इशू है कि भाई लोगों के कोल एक उस तरीके एक कायदे की शक्ल च रसाई नहीं है, या है तो मैं दसो की है। तुहाडी गल बिल्कुल सही है, मैं एग्री करना है, कोई ऐसा टूल नहीं है, कोई ऐसा कायदा नहीं है साढ़े को पंजाबी सीखण का। उसकी वजह हैगी है कि वह प्रायमरी के पढ़ाई नहीं जाती और कभी वो जरूरत भी नहीं पी, क्योंकि जो जी पंजाबी मूवमेंट सी 60s की वो जो थोड़ी जी कामयाब हुई खास तौर से वह क्रैडिट भी पुट्टो नूं जांदा है। पुट्टो जो आया तो उन्होंने शोभा पंजाबी बनाता पंजाब यूनिवर्सिटी के विच, और उत्तों उन्होंने पंजाबी लाती एम ए पंजाबी तुसीं कर सकते हो, बी ए विच ऑप्शनल है, एफ ए च ऑप्शनल है, छेवीं तो लैके दसवीं तक ऑप्शनल है, लेकिन पहली तो लैके पंजवीं तक पंजाबी कोई नहीं, दिस नो पंजाबी, इसलिए कायदा भी नहीं बने। कुछ राइटर्स ने बनाए ने कायदे वैसे अपने शौक लई कि जे पंजाबी आएगी तो यह कायदा है, लेकिन अगर तुसी किसी नूं पंजाबी सिखानी है वो तुहाडी गल सही है। कोई लिटरेचर है पुराना है, कुछ मॉडर्न लिटरेचर लिखा गया, लेकिन इस वेले जुबान का जिन्ना भी एक्शन है वो सिर्फ बोलन च है और माड़े लोगों के बोलन है। मिडिल क्लास उर्दू बोलती है, अलीट अंग्रेजी बोलती है, लोअर क्लास जी अनपढ़ रह गई है जी बहुत ज्यादा है, और अनपढ़ता दूर भी नहीं होनी जब तक पंजाबी दे विच मदर टंग दे विच एजुकेशन मीडियम इंस्ट्रक्शन नहीं बनेगा। तो जिहड़े पंजाबी दे इंटेलेक्चुअल हैगे आ तुहाडे वर्गे होर बहुत सारे जिहड़े सूझवान हैगे आ जिहड़े करदे इहदे च कम, क्या इहनां नूं सारिआं नूं मिल के कोई ऐसा कोई मुतफिका कोई कायदे और चीज़ां ऑलरेडी बनाउणियां नहीं चाहीदियां कि जदों रियासत तैयार होवे तां ऑलरेडी तुहाडे कोल इक तैयार सोसाइटी। कायदे ते बणे होए ने, कायदे ते बणे होए ने, जमील अमल पाल ने पंजवीं तक का कायदा बनाया है, नीलम हुसैन ने सन उन्होंने अंग्रेजी
उर्दू और पंजाबी का बड़ा खूबसूरत तीसरी जमात तक कायदा बनाया, लेकिन वो कोई मैदान नहीं है ना जिथे जाके वो उन्हें नाफज किया जाए कायदिया। मसला ना वो साडा दोस्त हैगा ताडा भी जानन वाला आमर रियाज टूटू, वो कहना है कि जदों पंजाबी आएगी तो 50 लाख कायदा छपेगा तो उर्दू बाजार जड़ा है वो पंजाबी बाजार हो जाएगा। वो वेला जड़ा है वो अजे तक तो नहीं आया, ख्याल पता नहीं मेरी जिंदगी चाहेगा कि नहीं आएगा। लेकिन जो 50 लाख कायदा छपेगा पहली जमात 50 लाख बच्चा जाता है हर साल उदो फिर सूरत हाल बदलेगी। तो यह जरा पंजाबी का देखते हो कि अगे यदा फ्यूचर ज जरा वो एक जिमें अगे जबाना जीडिया ने अगे सारिया कंप्यूटर के नाल एक जो चीज़ा अगर डिवेलप हो रही ने उस अंग्रेजी का अगे हो रहा है, होर दूसरी जबाना चाइनीज़ का हो रहा है, क्या पंजाबी का अगे कोई सिर्फ बोली जाने भी ना बंदे पढ़ सकते हैं ना उस तरीके कोई लिख सकते हैं, बहुत सारे आम आवाम जोड़े है तो अगर पढ़ ले लिख नहीं सकते खाली बोलते हैं तो कि देर यदा फ्यूचर थोड़ा ख्याल चल सकता है क्या ये अगे निकल आएगा या ये मतलब है कि एक जदोजहद ही रहेगी और उस तो बाद जुबान जी ग्राफ आहिस्ता आहिस्ता थले जाएगा। जरा जुबाना का जो अमल है ना वो इंटरनेशनल है, तुसी मेरे तो ज्यादा जाणू हो, तुसी लंदन दे विच बैठे हो जरा एक ग्लोबल जरा है सारा ग्लोबलाइजेशन उदा बहुत बड़ा सेंटर है, ताड़े कोल बहुत ज्यादा मालूमात ने, मेरे को लाहौर च बैठे इनिया नहीं है ना मैं इना एक्सपीरियंस टेक्नोलॉजिकल एक्सपीरियंस भी नहीं है, लेकिन जुबाना जड़िया ने अंग्रेजी जड़ी है ग्लोबल जुबान बन गई है, फ्रेंच में भी वो खतरा है इस वे जर्मन में भी है, वो जुबाना खत्म हो रही ने पूरी दुनिया के और जुबाना की मोनोपोलाइजेशन है, जुबाना जड़िया बड़िया जुबाना ने जड़िया पावर दिया जुबाना बन गई पिछे ताकत हैगी है जिदा पिछे वड्डे मुल्क ने वो जुबाना जी अमेरिका है जिम्मे अंग्रेजी के पिछे वो जुबाना जड़िया ने वो राज कर रही ने इस वे मतलब पंजाबी दे विच लोग ही जड़े चैट भी करते तो रोमन दे विच ही कल्ले लिख रहे होंगे, उर्दू दे विच चैट कर रहे तो रोमन दे विच ही कर रहे होंगे। हाँ वो जरा मैं लगता है कंप्यूटर दे नाल जाण नाल शायद पंजाबी नू फायदा भी हो जाएगा कुछ टेक्नोलॉजी दे नाल, क्योंकि जी एक्सेस है बड़ी आसान हो गई है उधरले पंजाबियों की इधरले पंजाबियों की आपस च ईमेल ते फेसबुक यह सारा सोशल मीडिया से जरा कम्यूनीकेशन है बहुत आसान हो गई है, अमेरिका इंग्लैंड सारी दुनिया जोड़े पंजाबी रह रहे हैं लिखण पढ़न वाले वो बड़ी छेती कम्यूनीकेट कर रहे हैं और वॉइस के भी किताबा आ रही ने अपनी आवाज रिकॉर्ड करके अगर किताबा आनिया शुरू हो जाएगियाँ तो वो स्क्रिप्ट का तो मसला ही हल हो जाएगा, तुम अपनी आवाज न टेप करके उन्हें रिकॉर्ड करके तो मीडिया के उत्ते चला दो जी सारी जुबान की जदोजहद है 12 करोड़ की जुबान है, मैनू नहीं लगता इन्नी आसानी नाल खत्म हो जाएगी, बहुत वक्त लगेगा और जमाना उलट भी सकता है। तुम यह देखो तुम खुद भी जड़ा सियासत के तालब इलम हो थले की उत्ते भी हो सकती है उत्ते की थले भी हो सकती है, पंजाबी बोली हो सकता है राज दे विच आ सकती है और मीडिया इंस्ट्रक्शन बन सकती है, एक वक्त आए सियासत ऐसी आ जाए कि उन्होंने स्पेस देनी पवे पंजाबी जुबान, अजे तो कोई नजर नहीं आ रहा। ताड़ी गल का सिर्फ इना ही जवाब है वो जरा फ्रेंच फिलासफर मिशेल फोको ने कहा कि जिथे पावर होंगी है उत्थे स्ट्रगल भी होंगी है उत्थे रेजिस्टेंस भी होंगी है, जिथे ताकत होंगी है ए नहीं होंगे कि सिर्फ ताकत हो जवाब ना हो उत्थे रेजिस्टेंस हो रही होंगी, नेचर का असूल है कि जो बहुत ज्यादा हबस हो जाए तो नेरी आती है फिर yeah. एक असी तो यही जो सानू तो यह समझ आई है कि असी अपनी बोली नू लिखिए उन्हें एनरिच करिए और असी जदोजहद दे विच असी जिंदगी गुजारी है उदा फल सानू मिलता है कि नहीं मिलता या तारीख राहां विच ही असी मारे जावांगे ठीक ठीक थोड़ा ये जो पंजाबी जुबान के बारे आखिर ची थोड़ी गल करिए कि पंजाबी जुबान का जिस फ्यूचर का कह रहे हो कि यह भी एक लिहाज न शोर नहीं है कि पंजाबी जुबान का या होर बहुत सारी जुबाना का, यह दसो मैनू कि उर्दू
ਤੁਹਾਨੂੰ ਲੱਗਦੀ ਹੈ ਕਿ ਉਰਦੂ ਵੀ ਇਸੇ ਤਰ੍ਹਾਂ ਅੱਗੇ ਰਹੇਗੀ ਜਾਂ ਉਰਦੂ ਦਾ ਵੀ ਡਿਕਲਾਈਨ ਹੋ ਸਕਦਾ ਹੈ, ਕਿਉਂਕਿ ਜਿਵੇਂ ਕੰਪਿਊਟਰ ਔਰ ਅੱਜ ਦੀ ਜਿਹੜੀ ਟੈਕਨੋਲੋਜੀ ਹੈ ਉਹ ਬਾਕੀ ਜ਼ਬਾਨਾਂ ਨੂੰ ਬਹੁਤ ਸਾਰੀਆਂ ਦੇ ਉੱਤੇ ਅਸਰ ਅੰਦਾਜ਼ ਹੋ ਰਹੀ ਹੈ, ਪੰਜਾਬੀ ਤੇ ਵੀ ਹੋ ਰਹੀ ਹੈ, ਉਹ ਉਰਦੂ ਦੇ ਉੱਤੇ ਵੀ ਤਾਂ ਹੋ ਰਹੀ ਹੈ, ਕਿਆ ਉਰਦੂ ਦਾ ਵੀ ਇਸੇ ਤਰੀਕੇ ਨਾਲ ਖਾਤਮੇ ਦਾ ਅੱਗੇ ਇੱਕ ਕੋਈ ਹੋ ਸਕਦਾ ਜਾਂ ਉੱਠ ਸਕਦੀ ਹੈ ਜਾਂ ਖਾਤਮਾ ਹੋ ਸਕਦਾ? ਮੈਂ ਲਾਹੌਰ ਚ ਰਹਿਣਾ, ਉਰਦੂ ਡਿਕਲਾਈਨ ਦੇ ਵਿੱਚ ਜਾ ਚੁੱਕੀ ਹੈ ਜੀ ਜੀ। ਅੱਜ ਤੋਂ 30 ਸਾਲ ਪਹਿਲੇ 70 ਚ ਪ੍ਰਾਈਵੇਟ ਸਕੂਲ ਸ਼ੁਰੂ ਹੋਏ ਸੀ ਇੰਗਲਿਸ਼ ਮੀਡੀਅਮ, ਅੱਜ ਉਹ ਸਾਰੀ ਸਾਡਾ ਸਾਰੇ ਜਿਹੜਾ ਛੋਟਾ ਜਿਹਾ ਲੋਅਰ ਮਿਡਲ ਕਲਾਸ ਦਾ ਬੱਚਾ ਵੀ ਜਿਹੜਾ 500 ਰੁਪਈਏ ਦੇ ਸਕਦਾ ਹੈ ਜਿਹਦੇ ਮਾਂ ਬਾਪ ਉਹ ਇੰਗਲਿਸ਼ ਮੀਡੀਅਮ ਚ ਪੜ੍ਹ ਰਿਹਾ, ਤੇ ਉਰਦੂ ਸਾਰੀ ਜਿਹੜੀ ਜਗ੍ਹਾ ਹੈਗੀ ਹੈ ਉਰਦੂ ਦੀ ਉਹ ਇੰਗਲਿਸ਼ ਲੈ ਚੁੱਕੀ ਹੈ। ਤੁਸੀਂ ਲਾਹੌਰ ਦੇ ਵਿੱਚ ਇੱਕ ਬੁੱਕ ਸ਼ਾਪ ਹੈ ਰੀਡਿੰਗ, ਉਹਨਾਂ ਵਿੱਚ ਬੱਚਿਆਂ ਦਾ ਸੈਕਸ਼ਨ ਹੈ, ਤੁਸੀਂ ਉੱਥੇ ਜਾਓ, ਮਾਂ ਪਿਓ ਬੱਚੇ ਸਭ ਇੰਗਲਿਸ਼ ਬੋਲ ਰਹੇ ਹੋਣਗੇ, ਉਰਦੂ ਵੀ ਨਹੀਂ ਬੋਲਣਗੇ, ਇੰਗਲਿਸ਼ ਦੀਆਂ ਕਿਤਾਬਾਂ ਖਰੀਦ ਰਹੇ ਹੋਣਗੇ, ਇੰਗਲਿਸ਼ ਬੋਲ ਰਹੇ ਹੋਣਗੇ, ਬੜੀ ਚੇਸਟ ਇੰਗਲਿਸ਼, ਬਿਲਕੁਲ ਜਸਟ ਲਾਈਕ ਇੰਗਲਿਸ਼ ਪੀਪਲ, ਉਹ ਜਿਹੜਾ ਨਾ ਇੰਗਲਿਸ਼ ਆ ਚੁੱਕੀ ਹੋਈ ਹੈ। ਉਰਦੂ ਜਿਹੜੀ ਹੈ ਉਹ ਉਰਦੂ ਦੀ ਸਪੇਸ ਉਹ ਖਾ ਗਈ ਹੈ ਉਰਦੂ ਦੀ ਜਿਹੜੀ ਇੰਗਲਿਸ਼ ਹੈ, ਲੇਕਿਨ ਉਰਦੂ ਨੂੰ ਰੋਣ ਵਾਲਾ ਕੋਈ ਨਹੀਂ ਹੈ, ਕਿਉਂਕਿ ਉਰਦੂ ਇੱਥੋਂ ਦੀ ਧਰਤੀ ਦੀ ਜ਼ੁਬਾਨ ਨਹੀਂ ਸੀ, ਇਸ ਲਈ ਉਹ ਉਰਦੂ ਸੁਕੜ ਰਹੀ ਹੈ। ਉਰਦੂ ਲਿਟਰੇਚਰ ਪੜ੍ਹਨ ਵਾਲੇ ਲੋਕ ਵੀ ਘੱਟ ਹੋ ਰਹੇ ਨੇ, ਔਰ ਜੇ ਸਾਡੀ ਕਿਤਾਬ 500 ਛਪਦੀ ਹੈ ਉਹਨਾਂ ਦੀ 1000 ਛਪਦੀ ਹੋਏਗੀ, ਲੇਕਿਨ ਜਿਹੜਾ ਕ੍ਰਾਈਸਿਸ ਹੈ ਉਰਦੂ ਦਾ ਉਹ ਇਸ ਵੇਲੇ ਜਾਰੀ ਹੈ। ਅੱਗੇ ਜਾ ਕੇ ਜਦੋਂ ਇਹ ਕੌਮੀਅਤਾਂ ਤਗੜੀਆਂ ਹੋ ਗਈਆਂ ਜਿਵੇਂ ਬਲੋਚੀ ਨੇ ਜਾਂ ਪਖਤੂਨ ਨੇ, ਸਿੰਧੀ ਦੇ ਆਲੜੀ ਨੇ, ਜੇ ਪੰਜਾਬੀ ਵੀ ਥੋੜ੍ਹੇ ਜਿਹੇ ਆ ਗਏ, ਤੇ ਇਹ ਕਾਫੀ ਜਿਹੜੀ ਇਹਦੀ ਸਪੇਸ ਉਰਦੂ ਦੀ ਘੱਟ ਜਾਏਗੀ ਮੈਨੂੰ ਲੱਗਦਾ। ਮੈਨੂੰ ਤੇ ਦੇਖੋ ਇਹ ਜਿਹੜੀ ਨਵਾਂ ਐਜੂਕੇਸ਼ਨ ਪਾਲਿਸੀ ਆਈ ਹੈ ਮੋਦੀ ਦੀ, ਤੁਹਾਡੇ ਆਗਾ ਲਈ ਆਬਦੀ ਨੇ ਉਹਨੇ ਆਰਟੀਕਲ ਵੀ ਲਿਖਿਆ ਹੈ ਕਿ ਉਰਦੂ ਨੂੰ ਉਹਨਾਂ ਨੇ ਕਿਹਾ ਉਰਦੂ ਖਤਮ ਕਰ ਦਿੱਤੀ ਹੈ। ਮੋਦੀ ਨੇ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਦਿੱਤੀ ਹੈ ਹਿੰਦੁਸਤਾਨ ਦੇ ਵਿੱਚ, ਉਹ 'ਚ ਉਰਦੂ ਖਤਮ ਕਰ ਦਿੱਤੀ ਹੈ। ਉਹ BBC ਦੇ ਜਿਹੜੇ ਆਬਦੀ ਨੇ ਆਗਾ ਲਈ ਆਬਦੀ ਉਹਨਾਂ ਦੇ ਕੰਮ 'ਚ ਮੈਂ ਪੜ੍ਹਿਆ, ਉਹਨਾਂ ਨੇ ਕਿਹਾ ਜੀ ਉਰਦੂ ਨੂੰ ਬੈਨ ਕਰ ਦਿੱਤੀ ਹੈ। ਬੈਨ ਉਹਨਾਂ ਨੇ 47 'ਚ ਹੀ ਕਰਤੀ ਸੀ ਐਕਚੁਅਲੀ, ਕਿਉਂਕਿ ਉਹ ਹਿੰਦੀ ਦੇ ਨਾਲ ਜਿਹੜਾ ਪੜਾ ਪੈ ਗਿਆ ਸੀ, ਬਿਲਕੁਲ ਹੀ ਉਹਨਾਂ ਨੇ ਨਵੀਂ ਐਜੂਕੇਸ਼ਨ ਪੋਲਿਸੀ ਬਿਲਕੁਲ ਖਤਮ ਕਰ ਦਿੱਤੀ। ਪਾਕਿਸਤਾਨ ਦੇ ਵਿੱਚ ਉਰਦੂ ਰਹਿ ਗਈ ਹੈ, ਲੇਕਿਨ ਪਾਕਿਸਤਾਨ 'ਚ ਉਰਦੂ ਇੰਝ ਹੈ ਕਿ ਇੱਕ ਪਾਈਪ ਜਿਹੀ ਪਾਈਪ ਪਾਣੀ ਦੀ ਪਾਈਪ ਹੈਗੀ ਹੈ ਜਿਹਦਾ ਪਾਣੀ ਪਿੱਛੋਂ ਆਉਂਦਾ ਸੀ, ਉਹ ਉਹਨਾਂ ਨੇ ਟੂਟੀ ਬੰਦ ਕਰ ਦਿੱਤੀ, ਤੇ ਪਾਕਿਸਤਾਨ 'ਚ ਕਿੰਨੀ ਦੇਰ ਤੱਕ ਉਹ ਚੱਲੇਗੀ? ਉਰਦੂ ਤੁਹਾਡੇ ਨਾਲ ਬੜੀ ਵਧੀਆ ਗੱਲਬਾਤ ਹੋਈ ਸਾਰੀ, ਉਮੀਦ ਹੈ ਕਿ ਸਾਡੇ ਨਾਜ਼ਰੀਨ ਨੇ ਸਾਰੀ ਗੱਲਬਾਤ ਤੋਂ ਮਾਂ ਬੋਲੀ ਦੀ ਅਹਿਮੀਅਤ ਤੋਂ ਉਹਨਾਂ ਨੂੰ ਇੱਕ ਜਿਹੜੀ ਇੱਕ ਆਸ਼ਨਾਈ ਮਿਲੀ ਹੋਏਗੀ, ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਹੋਏਗੀ ਕਿ ਇਹ ਸਾਰੀ ਜਿਹੜੀ ਮਾਂ ਬੋਲੀ ਦੀ ਅਹਿਮੀਅਤ ਹੈ ਔਰ ਪੰਜਾਬੀ ਜ਼ੁਬਾਨ ਸਾਡੇ ਜਿਹੜੇ ਲੋਕਾਂ ਦੀ ਜ਼ੁਬਾਨ ਹੈ, ਇਹਨੂੰ ਜ਼ਿੰਦਾ ਰੱਖਣਾ, ਇਹਨੂੰ ਆਪਣਾ ਇੱਕ ਇਹਨੂੰ ਆਪਣੇ ਘਰ 'ਚ ਬੋਲਣਾ, ਬੱਚਿਆਂ ਦੇ ਨਾਲ ਬੋਲਣਾ, ਸਿਖਾਉਣਾ, ਲਿਖਣਾ, ਪੜ੍ਹਨਾ, ਇਹ ਸਾਰਾ ਇੰਨਾ ਹੀ ਜ਼ਰੂਰੀ ਹੈ ਕਿ ਸਾਡੀ ਇਹਦੇ 'ਚ ਸ਼ਨਾਖਤ ਪਕਾ, ਸਾਡਾ ਚਿਹਰਾ ਇਹੀ ਹੈ, ਅਗਰ ਅਸੀਂ ਇਹਨੂੰ ਦਬਾਤਾ ਤੇ ਅਸੀਂ ਸਮਝ ਲਈਏ ਕਿ ਆਪਣਾ ਚਿਹਰਾ ਦਬਾਤਾ, ਇਸ ਵਾਸਤੇ ਇਹਦੇ ਵਾਸਤੇ ਬਹੁਤ ਇੱਕ ਜ਼ਰੂਰਤ ਹੈ ਕਿ ਅਸੀਂ ਇਹਨੂੰ ਜਿਹੜਾ ਇਹਦੇ ਵਾਲੇ ਧਿਆਨ ਕਰੀਏ ਔਰ ਆਪਣੀ ਮਾਂ ਬੋਲੀ ਦੇ ਉੱਤੇ ਇੱਕ ਜ਼ੋਰ ਦਈਏ ਕਿ ਇਹਨੂੰ ਬੋਲਿਆ ਜਾਏ ਔਰ ਇਹਨੂੰ ਸਿਆਸੀ ਔਰ ਇਹਨੂੰ ਹਕੂਮਤੀ ਲੈਵਲ ਦੇ ਉੱਤੇ ਵੀ ਜਿਹੜਾ ਮੰਨਿਆ ਜਾਏ। ਪ੍ਰੋਫੈਸਰ ਤੁਹਾਡਾ ਇਸ ਦੇ ਨਾਲ ਹੀ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਤਸ਼ਰੀਫ ਲਿਆਏ ਔਰ ਤੁਸੀਂ ਸਾਡੇ ਨਾਜ਼ਰੀਨ ਲਈ ਬਹੁਤ ਅੱਛੀਆਂ ਅੱਛੀਆਂ ਗੱਲਾਂ ਕੀਤੀਆਂ ਔਰ ਬੜਾ ਮਾਲੂਮਾਤੀ ਪ੍ਰੋਗਰਾਮ ਰਿਹਾ। ਬਹੁਤ ਥੈਂਕ ਯੂ ਵੈਰੀ ਮੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਸਕਾਂ ਔਰ ਆਪਣਾ ਦੁੱਖ ਦਰਦ ਜਿਹੜਾ ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਇਸ਼ਾ ਹੁਸੈਨ ਦੀ ਲਾਈਨ ਹੈ, ਉਹ ਹੀ ਸਾਡਾ ਜਿਹੜਾ ਸਾਡਾ ਜਿਹੜਾ ਪੰਜਾਬੀਆਂ ਦਾ ਹਾਲ ਹੈ, ਉਹ ਦਰਦ ਵਿਛੋੜੇ ਦਾ ਹੀ ਹਾਲ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਤੁਹਾਡੇ ਨਾਲ ਇਨਸ਼ਾਅੱਲਾ ਅੱਗੇ ਤੁਹਾਡੇ ਨਾਲ ਫਿਰ ਕੋਈ ਸਵੇਰੇ ਪ੍ਰੋਗਰਾਮ ਕਰਾਂਗੇ। ਥੈਂਕ ਯੂ ਵੈਰੀ ਮੱਚ।